ਮੈਨੂੰ ਲੱਗਦਾ ਹੈ ਸਕੂਲਸ ਜਿਹਨਾਂ ਨੇ ਸਾਹਮਣੇ ਹੋਏ ਨੇ ਉਹ ਜਿਹੜਾ ਸਟੇਟ ਦਾ ਕੰਮ ਸੀ ਉਹ ਕੰਮ ਇੱਥੇ ਪ੍ਰਾਈਵੇਟ ਬੰਦਿਆਂ ਨੇ ਆਪਣੇ ਹੱਥ 'ਚ ਲੈ ਕੇ ਐਜੂਕੇਸ਼ਨ ਦਾ ਕੰਮ ਕੀਤਾ ਹੈ ਅਤੇ ਜਿੰਨੇ ਐਜੂਕੇਸ਼ਨਿਸਟ ਸੀ ਉਹਨਾਂ ਨੂੰ ਤਾਂ ਮੈਂ ਧੰਨਵਾਦ ਹੀ ਦੇਵਾਂਗੀ ਕਿਉਂਕਿ ਐਜੂਕੇਸ਼ਨ ਜਿਹੜਾ ਹੈ ਉਹ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਹੋਣ ਦੇ ਕਾਰਨ ਇੱਧਰ ਜਿਹੜਾ ਕੰਮ ਹੋਣਾ ਹੈ ਉਹ ਸਟੇਟ ਹੀ ਕਰ ਸਕਦੀ ਹੈ ਜਦੋਂ ਸਾਡਾ ਐਜੂਕੇਸ਼ਨ ਮਿਨਿਸਟਰ ਬਣੂਗਾ HRD ਜਿਹਦੇ ਕੋਲ ਹੋਏਗੀ ਉਹਨੇ ਇਹਨਾਂ ਦੇ ਕੰਮ ਸੌਖੇ ਕਰਨੇ ਨੇ ਅਤੇ ਜਿਹੜਾ ਕੰਮ ਰਹਿ ਗਿਆ ਜਿਵੇਂ ਕਾਲਜਿਸ ਬਣਾਉਣ ਦਾ ਕੰਮ ਹੈ ਕੁੜੀਆਂ ਲਈ ਹੋਰ ਪੜ੍ਹਾਈ ਲਿਖਾਈ ਦਾ ਕੰਮ ਹੈ ਅਤੇ ਸਾਡੀ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ 'ਤੇ ਧਿਆਨ ਇਹਨਾਂ ਦੇ ਰਹੀ ਹੈ ਹੁਣ ਬੇਟੀਆਂ ਨੂੰ ਅੱਗੇ ਵਧਾਉਣਾ ਹੈ ਅਤੇ ਤਾਂ ਹੀ ਰਾਜ ਵੀ ਅੱਗੇ ਵਧੂਗਾ ਜਿਹੜੇ ਪ੍ਰਦੇਸ਼ ਨੇ ਉਹਨੂੰ ਵੀ ਕੰਮ ਕਰਨਾ ਹੋਵੇਗਾ ਅਤੇ ਮੈਨੂੰ ਲੱਗਦਾ ਹੈ ਕਿ ਇੱਥੇ ਕੁੜੀਆਂ ਲਈ ਕਾਲਜ ਦਾ ਇੰਤਜ਼ਾਮ ਹੋਣਾ ਚਾਹੀਦਾ ਪਰ ਉਹ ਸਟੇਟ ਦਾ ਕੰਮ ਹੈ ਸਟੇਟ ਨੂੰ ਤੁਸੀਂ BJP ਨੂੰ ਜਿਤਾਓ ਅਤੇ ਸਟੇਟ ਆ ਕੇ ਇਹਦੇ ਕੁੜੀਆਂ ਦੇ ਕਾਲਜਿਸ ਖੋਲ੍ਹਣ ਦਾ ਕੰਮ ਉਹਨਾਂ ਨੂੰ ਸਕਿੱਲ ਟ੍ਰੇਨਿੰਗ ਦੇਣ ਦਾ ਕੰਮ ਬਾਕੀ ਹੋਰ ਕੰਮ ਇੱਥੇ ਹੋਣਗੇ ਜਿਹਦਾ ਫਾਇਦਾ ਪੂਰੇ ਸ਼ਹਿਰ ਨੂੰ ਪਿੰਡ ਨੂੰ ਸਾਰਿਆਂ ਨੂੰ ਹੋਵੇਗਾ ਮੈਮ ਇਲੈਕਸ਼ਨ ਚੱਲ ਰਹੀ ਹੈਗੇ 2022 BJP ਫਸਟ ਟਾਈਮ ਜਿਹੜਾ ਹੈਗਾ ਇੰਡੀਵਿਜੁਅਲ ਕਰ ਰਹੀ ਹੈਗੀ ਇੱਥੇ ਕਿੱਦਾਂ ਦਾ ਲੱਗ ਰਿਹਾ ਤੁਸੀਂ ਪੂਰੇ ਪੰਜਾਬ ਚੱਕਰ ਲਗਾ ਰਹੇ ਹੋ ਮੈਨੂੰ ਤਾਂ ਬਹੁਤ ਸੌਖਾ ਲੱਗ ਰਿਹਾ ਮੈਨੂੰ ਤਾਂ ਲੱਗਦਾ ਮੈਂ ਘਰੇ ਬੈਠੀ ਹਾਂ ਅਤੇ ਸਾਰੇ ਆਪਣੇ ਬੰਦੇ ਨੇ ਮੈਨੂੰ ਵੱਖ ਨਹੀਂ ਲੱਗਦਾ ਔਰ ਉਹਨਾਂ ਨੂੰ ਮੈਂ ਵੱਖ ਨਹੀਂ ਲੱਗਦੀ ਲੱਗਦਾ BJP ਇਸ ਵਾਰੀ ਜਿੱਤੂਗੀ ਅਤੇ ਪਹਿਲੀ ਵਾਰੀ ਅਸੀਂ 73 ਸੀਟਸ 'ਤੇ ਲੜ ਰਹੇ ਨੇ 73 ਸੀਟਾਂ 'ਚ ਜਿੱਤ ਕੇ ਵੀ ਆਉਣਾ ਹੈ ਅਤੇ ਸਰਕਾਰ ਵੀ BJP ਦੀ ਕਰਾਉਣੀ ਹੈ 14 ਤਰੀਕ ਨੂੰ ਮੋਦੀ ਜੀ ਆ ਰਹੇ ਉਦੋਂ ਪਹਿਲਾਂ ਆਪਣਾ ਪ੍ਰਿਅੰਕਾ ਨੇ 13 ਤਰੀਕ ਦਾ ਪ੍ਰੋਗਰਾਮ ਰੱਖਿਆ ਪੰਜਾਬ ਦਾ ਕੀ ਤੁਹਾਨੂੰ ਲੱਗਦਾ ਕਾਂਗਰਸ ਘਬਰਾਈ ਹੋਈ ਹੈ ਦੇਖੋ ਜੀ ਰੱਖ ਲੈਣ ਪ੍ਰਿਅੰਕਾ ਦਾ ਮੋਦੀ ਜੀ ਦਾ ਕੋਈ ਮੁਕਾਬਲਾ